ਕਿੱਦਾਂ ਫਿਰ ਸਾਰੇ ਠੀਕ ਹੋ? ਤੇ ਸਾਉਣ ਦਾ ਮਹੀਨਾ ਚੱਲ ਰਿਹਾ ਜੀ, ਤੇ ਸਾਉਣ ਦੇ ਮਹੀਨੇ ਵਿੱਚ ਜਿਹੜੀਆਂ ਕਿ ਹਰਿਦੁਆਰ ਤੋਂ ਕਾਵੜਾਂ ਸ਼ੁਰੂ ਹੁੰਦੀਆਂ ਨੇ, ਜਿਵੇਂ ਕਿ ਸਰਵਣ ਸੀਗਾ, ਸਰਵਣ ਆਪਣੀ ਆਪਣੇ ਮਾਤਾ ਪਿਤਾ ਜੀ ਨੂੰ ਆਪਣੇ ਮੋਢਿਆਂ ਤੇ ਲੈ ਕੇ ਆਇਆ ਸੀ ਕਾਵੜ ਦੇ ਰੂਪ ਵਿੱਚ, ਤੇ ਉਹ ਕਾਵੜ ਜਿਹੜੀ ਹੈ ਹਮੇਸ਼ਾ ਦੀ ਤਰ੍ਹਾਂ ਇਸ ਸਾਲ ਵੀ ਆ ਚੁੱਕੀ ਹੈ। ਤੇ ਆਪਾਂ ਅੱਜ ਤੁਹਾਨੂੰ ਫਿਰ ਲੈ ਕੇ ਜਾ ਰਹੇ ਹਾਂ ਆਪਣੇ ਵਲੌਗਸ ਵਿੱਚ, ਤੇ ਕਾਵੜੀਆਂ ਕੋਲ ਭੋਲੇ ਜਿਨ੍ਹਾਂ ਨੂੰ ਆਪਾਂ ਤੁਹਾਨੂੰ ਆਪਾਂ ਦਰਸ਼ਨ ਕਰਾਵਾਂਗੇ ਅੱਜ ਵਧੀਆ ਕਰਕੇ।